हेलो एंड वेलकम गाइस। किदा की हाल चाल? आई होप तुसी सारे कैंट होगे, वधिया होगे, चढ़दी कला च होगे। गाइस आपां वी पूरे कैंट आ, वधिया आ, चढ़दी कला च होके रिपोर्ट गलबात हजूर लै लिया। समान कुछ छड्डिया नहीं करे, दमाला सब सजा लिया। चलिए गुरुद्वारे, दो प्रभात फेरे रह गए गाइस, ते एक अज दी एक कल दी, बस दो रह गई। फटाफट चलिए हूँ गुरुद्वारा साहब, देखो बाकी मल्ला खाली है, अपना मल्ला खाली होता सवेरे सवेरे ज्यादातर। बाबा जी लगे ने माइक ते, तो आप जल्दी जल्दी चलिए रेड़ा साहब तैयार करिए, आप पालकी साहब अपना तो चल दें मिनट मिनट। सब तो वड्डा सतगुरु सतगुरु ने मटका फेरिया, सतगुरु ने मटका फेरिया, चढ़दी कला दिखाई, सतगुरु ने मटका फेरिया, सतगुरु ने मटका फेरिया, गुरु नानक मटका फेरिया, गुरु नानक मटका फेरिया, गुरु नानक मटका फेरिया, गुरु नानक मटका सतगुरां ने मटका फेरिया, चढ़दी कला दिखाई, जात कमीने पात कमीने, जात कमीने पात कमीने, जात कमीने पात कमीने, तू मिस्री था सब खोल
ਪੁਰਖਾਂ ਦਾ ਇਸ ਸੰਸਾਰ ਤੇ ਆਗਮਨ ਹੋਇਆ, ਪ੍ਰਕਾਸ਼ ਹੋਇਆ, ਤੇ ਫਿਰ ਉਹਨਾਂ ਨੇ ਇਸ ਸੰਸਾਰ ਤੇ ਆ ਕਰਕੇ ਸਿਮਰਨ ਅਭਿਆਸ ਕਰਾਇਆ, ਸੱਚ ਦਾ ਪ੍ਰਚਾਰ ਕੀਤਾ, ਸ਼ਬਦ ਦ੍ਰਿੜ ਕਰਾਇਆ, ਜੋ ਆਪ ਜੀ ਹੁਣੇ ਸ਼ਬਦ ਦ੍ਰਿੜ ਕਰ ਰਹੇ ਸੀ ਗੁਰਮੰਤਰ। ਇਸੇ ਤਰ੍ਹਾਂ ਉਹਨਾਂ ਨੇ ਹਰ ਇੱਕ ਜੀਵ ਦੇ ਉੱਤੇ ਉਹਨਾਂ ਦੇ ਮਨਾਂ ਨੂੰ ਵਿਚਾਰਾਂ ਤੋਂ ਮੁਕਤ ਕਰਕੇ ਤੇ ਮਨਾਂ ਵਿੱਚ ਠੰਡ ਵਰਤਾਈ, ਬੇਗੋਪੁਰਾ ਬਣਾਇਆ। ਉਹਨਾਂ ਨੇ ਬਨਾਰਸ ਅਤੇ ਮੱਕੇ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਿਹੜੇ ਬਨਾਰਸ ਦੇ ਜੀਵ ਸਨ, ਉਦੋਂ ਉਹਨਾਂ ਦਾ ਸਿੱਕਾ ਚੜ੍ਹਦਾ ਸੀ ਤੇ ਜਾਂ ਚੜ੍ਹਦਾ ਸੀ ਮੱਕੇ ਵਾਲਿਆਂ ਦਾ। ਉਹਨਾਂ ਨੇ ਆਖਿਆ ਆਪਾਂ ਇੱਕ ਹੀ ਹਾਂ, ਇੱਕ ਮਨੁੱਖ ਹਾਂ, ਰੱਬ ਦੇ ਬਣਾਏ ਹੋਏ ਹਾਂ ਤੇ ਆਪਾਂ ਆਪਸ ਵਿੱਚ ਨਫ਼ਰਤ ਨਾ ਕਰੀਏ। ਇਹ ਸੰਦੇਸ਼ ਸਾਨੂੰ ਦੇ ਕੇ ਗਏ ਸੀ ਤੇ ਹੁਣ ਜਿਹੜਾ ਉਹ ਸੰਦੇਸ਼ ਸਾਨੂੰ ਦੇ ਕੇ ਗਏ ਸੀ ਉਹ ਆਪਾਂ ਅੱਜ ਵੀ ਉਸੇ ਤਰ੍ਹਾਂ ਦ੍ਰਿੜ ਕਰਨਾ ਤੇ ਆਪਾਂ ਵੇਖੀਏ ਕਿ ਆਪਾਂ ਆਪਣੇ ਜੋ ਗੁਰਮੁਖ ਆਏ ਸਨ, ਸਤਿਗੁਰੂ ਸਾਹਿਬ ਆਪ ਨਿਰੰਕਾਰ ਆਏ ਸਨ, ਉਹਨਾਂ ਦਾ ਜੋ ਸੰਦੇਸ਼ ਹੈ ਅਸੀਂ ਆਪਣੇ ਘਰ ਵਿੱਚ ਲਾਗੂ ਕਰ ਰਹੇ ਹਾਂ। ਉਹਦਾ ਬਨਾਰਸ ਤੇ ਮੱਕੇ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਵੱਡਾ ਮਿਸ਼ਨ ਸੀ ਤੇ ਅਸੀਂ ਛੋਟਾ ਮਿਸ਼ਨ ਲੈ ਲਈਏ। ਆਪਣੇ ਪਿਤਾ ਦਾ ਜਿਹੜਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉੱਥੋਂ ਇੱਕ ਛੋਟੀ ਜਿਹੀ ਸਿੱਖਿਆ ਲੈ ਲਈਏ ਨਾ ਤੇ ਆਪਣਾ ਘਰ ਵੀ ਉਹ ਬਨਾਰਸ ਤੇ ਮੱਕਾ ਬਣ ਸਕਦਾ ਹੈ। ਭਾਵ ਕਿ ਆਪਾਂ ਵਿਚਾਰਾਂ ਤੋਂ ਮੁਕਤ ਹੋ ਜਾਈਏ, ਇੱਕ ਦੂਜੇ ਨਾਲ ਦਵੈਸ਼ ਨਾ ਕਰੀਏ। ਮਹਾਰਾਜ ਸਮਝਾ ਰਹੇ ਹਨ ਸਭ ਗੋਬਿੰਦ ਹੈ, ਆਪ ਜੀ ਬੋਲੋ ਸਭ ਗੋਬਿੰਦ ਹੈ, ਗੋਬਿੰਦ ਮਿਲਣੀ ਅਵਲੇ ਅੱਲਾ ਕੁਦਰਤ ਕੇ। ਅੱਛਾ ਹੁਣ ਦੱਸੋ ਫਿਰ ਜੇ ਕੁਦਰਤ ਦੇ ਆਪਾਂ ਸਾਰੇ ਬੰਦੇ ਹਾਂ, ਉਸ ਪਰਮੇਸ਼ਰ ਨੇ ਆਪਾਂ ਨੂੰ ਭੇਜਿਆ ਆ, ਤੇ ਫਿਰ ਸਾਰਿਆਂ ਵਿੱਚ ਉਹਦੀ ਜੋਤ ਹੈ ਨਾ ਜਿਹੜੀ ਤੁਹਾਨੂੰ ਸਵੇਰੇ ਉਠਾ ਕੇ ਲੈ ਕੇ ਆਈ ਹੈ, ਤੇ ਫਿਰ ਉਹ ਜੋਤ ਨੂੰ ਨਮਸਕਾਰ ਨਹੀਂ ਕਰਨੀ ਬਣਦੀ। ਕਿੰਨੀ ਨਫ਼ਰਤ ਆ ਸਾਡੇ ਮਨ ਵਿੱਚ ਇਸ ਵਿਚਾਰਾਂ ਦੀ, ਅਸੀਂ ਗਵਾਂਢੀ ਦੇ ਨਾਲ ਟੇਕ ਕੇ ਨਹੀਂ ਬਹਿ ਸਕਦੇ, ਆਪਣੀ ਨੂੰਹ ਦੇ ਨਾਲ ਵੀ ਟੇਕ ਕੇ ਬਹਿ ਸਕਦੇ। ਇਹ ਸਾਡੇ ਗੁਰੂ ਦਾ ਸੰਦੇਸ਼ ਨਹੀਂ ਹੈ। ਜੇ ਉਹਨਾਂ ਦਾ ਵੱਡਾ ਮਿਸ਼ਨ ਸੀ, ਉਹਨਾਂ ਨੇ ਬੇਗੋਪੁਰਾ ਬਣਾਤਾ ਸੀ, ਅਸੀਂ ਆਪਣੇ ਘਰ ਨੂੰ, ਆਪਣਾ ਸਰੀਰ ਘਰ ਨੂੰ ਬੇਗੋਪੁਰਾ ਬਣਾਈਏ ਤੇ ਪਿਤਾ ਦਾ ਦਿਹਾੜਾ ਬਣਾਉਣਾ ਤੁਹਾਡਾ ਆਇਆ ਤਾਂ ਸਫਲ ਹੈ ਜੇ ਪਿਤਾ ਦੀ ਆਪਾਂ ਇੱਕ ਵਚਨ ਆਪਣੇ ਮਨ ਵਿੱਚ ਵਸਾ ਲਿਆ। ਤੇ ਹੁਣ ਮੌਜੂਦਾ ਸਮੇਂ ਦੇ ਹਾਲਾਤ ਮੈਂ ਆਪ ਜੀ ਦੇ ਚਰਨਾਂ 'ਚ ਬਿਆਨ ਕਰਨ ਲੱਗਾ। ਬੜੇ ਸੋਹਣੇ ਕਵੀ ਨੇ ਲਾਈਨਾਂ ਲਿਖੀਆਂ ਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਤੇ ਆਪ ਦੀ ਕਿਰਪਾ ਕਰਕੇ ਅਸੀਸ ਬਖਸ਼ਿਸ਼ ਕਰਦੇ ਦਾਖਲੇ ਸੇ ਪਹਿਲਾਂ ਵੀ ਕਈ ਵਾਰ ਆ ਗਏ ਨੇ ਇਹਨਾਂ ਨਾਮ ਸੁਣਾਏ ਜੋ ਨੀਲੇ ਦੇ ਪੌੜ ਚਸ਼ਮੀਆਂ ਇਹਨਾਂ ਨਾਮ ਸੁਣਾਏ ਜੋ ਨੀਲੇ ਦੇ ਪੌੜ ਚਸ਼ਮੀਆਂ ਦੇਖਾਂ ਪਾਣੀ ਪਾਣਾ
ਆਪਾਂ ਨੂੰ ਆਪਾਂ ਵਿਚਾਰਨ ਦੀ ਲੋੜ ਹੈ। ਕੋਈ ਹਰ ਕੋਈ ਮਨੁੱਖ ਇਹ ਸਮਝਦਾ ਹੈ ਕਿ ਗੁਰੂ ਨਾਨਕ ਨੇ ਨਾ ਠੰਡਾ ਪ੍ਰਚਾਰ ਕੀਤਾ, ਇਹ ਸਾਰੀ ਮਿੱਥ ਬਾਹਮਾਂ ਦੁਆਰਾ ਫੈਲਾਈ ਗਈ ਹੈ, ਭਾਵ ਕਿ ਇੱਕ ਕਮਿਊਨਿਟੀ ਦੁਆਰਾ ਫੈਲਾਈ ਗਈ ਹੈ। ਸਤਿਗੁਰਾਂ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਏ। ਸੰਤ ਕੀ ਹੈ? ਨਾਮ ਸਿਮਰਨ ਅਭਿਆਸ ਕਰਕੇ ਵਿਚਾਰਾਂ ਤੋਂ ਮੁਕਤ ਹੋਣਾ ਹੈ। ਸਿਪਾਹੀ ਉਹ ਹੈ ਜੋ ਆਪਦੀ ਆਤਮ ਰੱਖਿਆ ਕਰਦਾ, ਇਹ ਨਹੀਂ ਕਮੀ ਕਰਦੀ ਸਮਾਈ ਕਰਦਾ। ਸਾਡਾ ਪ੍ਰਚਾਰ ਵਾਹਿਗੁਰੂ ਸਿਮਰਨ ਤੇ ਹੋ ਰਿਹਾ ਹੈ, ਸੱਚ ਹੈ, ਹੋਣਾ ਚਾਹੀਦਾ ਹੈ, ਪਰ ਸਿਪਾਹੀ ਦਾ ਰੋਲ ਵੀ ਅਦਾ ਕਰਨਾ ਚਾਹੀਦਾ। ਗੁਰੂਆਂ ਨੇ ਪਹਿਲਾਂ ਜਦੋਂ ਅਬਦਾਲੀ ਦੇ ਅਸੀਂ ਸਾਡੇ ਪੁਰਖੇ ਵੀ ਸਨਾਤਨ ਹੀ ਸਨ, ਉਹ ਕਹਿੰਦੇ ਸੀ ਵੀ ਅਬਦਾਲੀ ਆਇਆ ਤੇ ਆਪਾਂ ਸਾਰੇ ਪੰਡਤਾਂ ਨੇ ਵਿਚਾਰ ਕੀਤੀ ਭਾਈ ਜਗ ਕਰੋ ਤੇ ਕਾਲਕਾ ਮਾਤਾ ਤੇ ਸ਼ਿਵ ਜੀ ਨੂੰ ਧਿਆਉ ਪ੍ਰਗਟ ਹੋ ਜਾਣਗੇ, ਤੇ ਜਿਹੜੇ ਸੱਤ ਸੱਤ ਉੱਠੇ ਛੋਟੇ ਮੁਸਲਮਾਨ ਆ ਅੱਠ ਅੱਠ ਫੁੱਟੇ ਗਾਵਾਂ ਖਾਣ ਵਾਲੇ ਜਿਹੜੇ ਚੌੜੇ ਉਹਨਾਂ ਦੇ ਮੂੰਹ, ਤੇ ਆਪਾਂ ਉਹਨਿਆਂ ਕਰ ਦਾਂਗੇ ਤੇ ਵਾਪਸ ਮੁੜ ਜਾਣਗੇ। ਜਦੋਂ ਅਲੀ ਅਲੀ ਕਰਦੇ ਕੜੇ, ਜਦੋਂ ਸੱਸਾ ਆਪਣਾ ਸਤਲੁਜ ਦਾ ਦਰਿਆ ਪਾਰ ਕੀਤਾ ਤੇ ਗੁਰਮੁਖ ਪਿਆਰੇ ਸਾਰੀਆਂ ਉਹਨਾਂ ਦੀਆਂ ਸਨਾਤਨ ਵੀਰਾਂ ਦੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਜਿੱਦਾਂ ਪੱਤਾਂ ਲੁੱਟ ਕੇ ਮੰਦਰ ਲੁੱਟ ਕੇ ਅਬਦਾਲੀ ਲੈ ਗਿਆ ਤੇ ਨਾ ਕੋਈ ਸ਼ਿਵ ਜੀ ਪੈਦਾ ਹੋਇਆ ਤੇ ਨਾ ਹੀ ਪ੍ਰਗਟ ਕਾਲਕਾ ਹੋਈ। ਇਸ ਕਰਕੇ ਗੁਰਮੁਖ ਪਿਆਰੇ ਜਿਹੜੀ ਤੁਹਾਡੀ ਭਗਾਉਤੀ ਹੈ ਨਾ, ਇਹੀ ਪ੍ਰਗਟ ਹੁੰਦੀ ਹੈ ਤੇ ਪ੍ਰਚਾਰ ਜਿਹੜਾ ਆ ਸੰਤ ਤੇ ਸਿਪਾਹੀ ਦਾ ਹੋਣਾ ਚਾਹੀਦਾ ਹੈ, ਮੇਰਾ ਮੰਨਣਾ। ਹੋਈਆਂ ਵਿਆਖਣਾ ਦੀ ਮਾਫੀ ਆ ਬ੍ਰਹਮ ਪਰਕੀਆਂ ਸੰਗਤਾਂ ਬਖਸ਼ ਜੋ ਪੁਰਸ਼ ਦੇਣਾ ਜੀ ਗੱਜ ਬਾਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਦਿੱਤੀ ਆਪਣਾ ਪੁਰਾਣਾ ਡਰਾਈਵਰ ਜਿਹੜਾ ਹੁੰਦਾ ਸੀਗਾ ਤੇ ਆਪਾਂ ਸੰਗਤ ਦੇ ਨਾਲ ਨਾਲ ਤੁਮ ਸ਼ਰਨਾਹੀ ਆਇਆ ਠਾਕੁਰ ਤੁਮ ਸ਼ਰਨਾਹੀ ਆਇਆ ਮਨ ਕਾ ਸੰਤਾ ਉਤਰ ਗਿਓ ਮੇਰੇ ਮਨ ਕਾ ਸੰਤਾ ਉਤਰ ਗਿਓ ਮੇਰੇ ਮਨ ਕਾ ਸੰਸਾ ਉਤਰ ਗਿਓ ਮੇਰੇ ਮਨ ਕਾ ਸੰਸਾ ਆਜੋ ਜਿੰਨੇ ਪਾਰ ਲੰਘਣਾ ਕਹਿੰਦੇ ਚੱਲਿਆ ਗੁਰਦੁਆਰਾ ਸਾਹਿਬ। ਅੱਜ ਤੀਜੇ ਖੰਡ ਪਾਠ ਸਾਹਿਬ ਦਾ ਭੋਗ ਆ, ਤੀਜੀ ਲੜੀ ਅੱਜ ਜਿਹੜੀ, ਅਤੇ ਉਸ ਤੋਂ ਬਾਅਦ ਹੁਣ ਚੌਥਾ ਖੰਡ ਪਾਠ ਸਾਹਿਬ ਆਰੰਭ ਹੋਊਗਾ ਅੱਜ। ਅਤੇ ਹੁਣ ਚੱਲਦੇ ਹਾਂ, ਬਸ ਭੋਗ ਪੈ ਚੱਲਿਆ, ਫਿਰ ਜਾ ਕੇ ਕਰੀਏ ਕੀਰਤਨ, ਮਿਲਦੇ ਹਾਂ। ਕਹਿੰਦੇ ਆਏ ਚਨਾਵ ਸਾਹਿਬ ਬਦਲ ਰਿਹਾ ਬਾਬਾ ਜੀ, ਚੰਦੋਆ ਸਾਹਿਬ ਬਦਲਦੇ ਪਏ ਹਾਂ, ਅਤੇ ਹੁਣ ਬਸ ਖੰਡ ਪਾਠ ਸਾਹਿਬ ਸ਼ੁਰੂ ਕਰਨਾ ਅਗਲਾ ਜਲਦੀ ਪਰਸੋਂ ਗੁਰਪ੍ਰਵਾਹ ਕਰਦੇ ਦੋ ਸਾਹਿਬ ਵੀ ਬਦਲਦਾ, ਫਿਰ ਮੰਨ ਲਾ ਵੀ ਗੁਲਾਬੀ ਲਾ ਤਾ ਬਾਕੀ ਸਫਾਈ ਕਰਤੀ ਸਾਰੀ ਦਿਖਾਉਣੇ ਤੁਹਾਨੂੰ ਇੱਕ ਮਿੰਟ ਰੁਕੋ ਦੇਖੋ ਸਫਾਈ ਕਰਤੀ ਸਾਰੀ, ਬਸ ਥੋੜੇ ਥੋੜੇ ਵੱਟ ਦਿਸ ਰਹੇ ਨੇ ਚਾਦਰਾਂ ਦੇ, ਚਾਦਰੇ ਵਿਛਾਈ ਹੋ ਜਾਣੀ ਦੂਜੀ ਫੁੱਲ ਕਹਿੰਦੇ ਫੁੱਲ ਉਹ ਦੇਖ ਸੁੱਟਤਾ, ਇਹ ਤਾਂ ਚੱਕਦੇ ਜੋ ਗੁੱਡੇ ਚੱਕ ਰਿਹਾ ਮੈਨੂੰ 11 ਚੱਲੇ ਬਾਕੀ ਹਨੇਰਾ ਪੈ ਚਲੋ, ਉਸ ਬਾਬਾ ਜਾਣਾ ਗੁਰਦੁਆਰੇ, ਗੁਰਦੁਆਰੇ ਥੋੜਾ ਬਹੁਤ ਕੰਮ ਹੈਗਾ,
ਬੇੜ ਦਾ ਪਹਿਲਾਂ ਫਟਾਫਟ ਦੁੱਧ ਲੈ ਕੇ ਜੀ ਤੇ ਫਿਰ ਚੱਲਦੇ ਹਾਂ।